ਹੁਣੇ ਹੁਣੇ ਇਸ ਥਾਂ 'ਤੇ ਇੱਕ ਸਕੂਲੀ ਬੱਚੇ ਦੇ ਨਾਲ ਅਜਿਹਾ ਭਾਣਾ ਵਾਪਰਿਆ ਕਿ ਜਿਸ ਨੂੰ ਦੇਖ ਸਥਾਨਕ ਲੋਕ ਦਹਿਲ ਉੱਠੇ। ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਬੱਚੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਸ ਤੋਂ ਪਹਿਲਾਂ ਹੀ ਬੱਚੇ ਨੇ ਦਮ ਤੋੜ ਦਿੱਤਾ ਸੀ। ਰਾਜਨੀਤੀ ਨੀ ਕਰ ਲਈ ਇੱਥੇ, ਆਪਾਂ ਬੰਦੇ ਪਰਿਵਾਰ ਦੇ ਨਾਲ ਖੜੇ ਇਨਸਾਫ ਦਵਾਵਾਂਗੇ, ਕੋਰਟ ਤੱਕ ਵੀ ਜਾਵਾਂਗੇ ਇਨਸਾਫ ਦਵਾਵਾਂਗੇ। ਮੈਂ ਨਾ ਇਹਨਾਂ ਨੂੰ ਜਾਣਦਾ, ਜੋ ਵੀ ਪਾਵਾਂਗੇ, ਜੋ ਕਾਨੂੰਨ ਆਪਣੀ ਮਰਿਆਦਾ ਦੇ ਵਿੱਚ ਕੰਮ ਕਰੇਗੀ, ਆਪਾਂ ਕਾਨੂੰਨ ਦੇ ਨਾਲ ਆ। ਜੋ ਕਤਲ ਦਾ ਮਾਮਲਾ ਬੰਦਾ ਕਤਲ ਕਰੇਗੀ, ਐਕਸੀਡੈਂਟ ਦਾ ਮਾਮਲਾ ਤੇ ਐਕਸੀਡੈਂਟ ਕਰੇਗੀ। ਭਾਈ ਕੀ ਨਾਂ ਕੀ ਆਪਣਾ ਬ੍ਰਦਰ? ਭਾਈ ਨਾਂ ਆਪਣਾ ਨਾਂ ਸਪੈਸ਼ਲ ਦੇ ਤੁਹਾਨੂੰ ਦੱਸ ਰਹੇ ਹਾਂ। ਦੱਸੋ ਦੱਸੋ, ਚਾਰ ਚਾਰ ਪੰਜ ਸਾਲ ਦੇ ਭਾਈ, ਇਸ ਰੋਡ ਦੇ ਨਾਲ ਸਕੂਲ ਦੇ ਬੱਚੇ ਬਹੁਤ ਜਾਂਦੇ ਆ, ਠੀਕ ਹੈ। 2 ਵਜੇ ਛੁੱਟੀ ਹੁੰਦੀ ਆ, ਕਿਹਨੇ 1 ਵਜੇ ਹੁੰਦੀ ਆ। ਇਸ ਰੋਡ ਦੇ ਉੱਤੇ ਬੱਚਿਆਂ ਦਾ ਟਾਈਮ ਬਹੁਤ ਜ਼ਿਆਦਾ ਆ, ਠੀਕ ਹੈ। ਇਸ ਟਾਈਮ 'ਤੇ ਵੱਡੀ ਗੱਡੀ ਬਹੁਤ ਜ਼ਿਆਦਾ ਲੱਗਦੀ ਆ, ਅਸੀਂ ਕਹਿੰਦੇ ਹਾਂ ਜੀ ਭਾਈ ਵੱਡੀ ਗੱਡੀ ਦਿਨੇ ਬੰਦ ਕਰਾਓ, ਬੱਚਿਆਂ ਦਾ ਆਉਣਾ ਜਾਣਾ ਆਵਾਜਾਈ ਬਹੁਤ ਜ਼ਿਆਦਾ। ਅੱਖ ਅਲੱਗ ਹੋਈ, ਮੁੰਡੇ ਦੀ ਜੀਵ ਅਲੱਗ ਹੋਈ। ਦਰਅਸਲ ਸੋਮਵਾਰ ਨੂੰ ਸਵੇਰੇ ਇੱਕ ਬੱਚਾ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਸਕੂਲ ਜਾ ਰਿਹਾ ਸੀ ਤਾਂ ਜਲੰਧਰ ਪਿੰਡ ਸਦੀਕ ਅਮਨ ਕੰਪਲੈਕਸ ਦੇ ਸਾਹਮਣੇ ਬੱਚਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਦੱਸਿਆ ਜਾ ਰਿਹਾ ਕਿ ਚੰਗੇ ਭਲੇ ਜਾਂਦੇ ਬੱਚੇ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਮੌਕੇ 'ਤੇ ਹੀ ਬੱਚੇ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਭੱਜਣ ਲੱਗੇ ਡਰਾਈਵਰ ਨੂੰ ਫੜਨ ਦੀ ਬਜਾਏ ਪੁਲਿਸ ਨੇ ਅਜਿਹਾ ਕੁਝ ਕੀਤਾ ਕਿ ਜਿਸ ਨੂੰ ਦੇਖ ਸਥਾਨਕ ਲੋਕ ਭੜਕ ਉੱਠੇ। ਟਰੱਕ ਦੀ ਚਾਬੀ ਦੇ ਕੇ ਭਜਾਇਆ, ਐਕਟਿਵਾ ਦੀ ਚਾਬੀ ਨਹੀਂ ਦੇਂਦੇ। ਆਹ ਦੇਖੋ, ਟਰੱਕ ਦੀ ਚਾਬੀ ਕਿੱਦਾਂ ਦੇਤੀ? ਪੁੱਛੋ ਉਹਨੂੰ ਜਾ ਕੇ, ਪੁੱਛੋ। ਹਜੇ ਤੱਕ ਨਹੀਂ ਹੈ, ਇੰਨੀ ਦੇਰ ਤੋਂ ਕਹਿ ਰਹੇ ਆ ਚਾਬੀ ਦੇ ਦਿਓ, ਚਾਬੀ ਦੇ ਦਿਓ, ਪੁੱਛੋ ਹੁਣੇ ਆਣੀ ਹੈਗਾ। ਪੁੱਛੋ ਔਰ ਉਹਨੂੰ ਚਾਬੀ ਖੋਲ ਕੇ ਆਓ ਜਨਾਬ, ਇੱਧਰ ਆਓ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਕੀ ਕਿਹਾ ਉਹ ਵੀ ਸੁਣੋ। ਉਹ ਦੱਸਿਆ ਜਾ ਰਿਹਾ ਕਿ ਟਰੱਕ ਵਾਲੇ ਨੂੰ ਜਿਹੜੀ ਚਾਬੀ ਦੇਤੀ ਹੈ, ਪਰ ਸਾਡੀ ਜਿਹੜੀ ਬਾਈਕਲ ਆ ਉਹਨੂੰ ਦਿੱਤੀ ਨਹੀਂ। ਚਾਬੀ ਨਹੀਂ ਕਿਉਂ ਦੇਣੀ ਹੈ ਚਾਬੀ? ਸਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਮੌਕੇ ਤੇ ਦੇਖਿਆ ਜੀ ਸਾਡੇ। ਹੁਣੇ ਜਸਟ ਮੌਕੇ ਤੇ ਆਇਆ ਜੀ, ਜੀ ਹੁਣੇ ਮੌਕੇ ਤੇ ਆਏ ਆ, ਕਾਰਵਾਈ ਜੋ ਵੀ ਤਫਤੀਸ਼ ਹੈ ਉਹ ਕਰ ਰਹੇ ਹਾਂ ਜੀ। ਇਹ ਟਰਾਂਸਪੋਰਟ ਕਿਸੇ ਗੱਡੀ ਦੀ ਹੈ? ਮੈਨੂੰ ਨਹੀਂ ਹੈਲਪ ਦਾ ਪਤਾ, ਮੈਂ ਹੁਣੇ ਆਇਆ, ਇਹ ਦੱਸ ਦਾਂਗੇ ਤੁਹਾਨੂੰ ਸਾਰਾ ਪਤਾ। ਸਰ ਲੇਕਿਨ ਪਿੰਡ ਦਾ ਕਹਿਣਾ ਹੈ ਕਿ ਵੱਡੇ ਵਾਹਨ ਤੇ ਕਾਫੀ ਲੱਗਦੇ ਤੇ ਲੁੱਟਾਂ ਖੁੰਮਾ ਆਉਂਦੀਆਂ ਤੇ ਨਾਲ ਚਾਲਕ ਬ੍ਰੇਕਰ ਵੀ ਨਹੀਂ ਹੈਗਾ ਤੇ ਔਰ ਕਿਤੇ ਨਾਕਾ ਵੀ ਨਹੀਂ ਲੱਗਦਾ ਵੱਡੇ ਵਾਹਨ ਕਰਕੇ ਜਿਹੜੇ ਮਹਿਕਮੇ ਦਾ ਕੰਮ ਹੈ ਜੀ, ਉਹ ਅਸੀਂ ਆਪ ਕਰਵਾ ਦਾਂਗੇ। ਲੇਕਿਨ ਲਗਾਤਾਰ ਇੱਥੇ ਕਾਫੀ ਹਾਦਸੇ ਹੋ ਗਏ, ਲੇਕਿਨ ਤੁਹਾਡੇ ਵੱਲੋਂ ਕੋਈ ਲਿਖ ਕੇ ਦਿੱਤਾ ਗਿਆ ਕਾਰਪੋਰੇਸ਼ਨ ਸਪੀਡ ਬ੍ਰੇਕਰ ਤੇ ਲੋਡ? ਹਾਂਜੀ ਹਾਂ, ਲਿਖ ਕੇ ਦਿੱਤਾ ਗਿਆ ਫੇਰ। ਲੇਕਿਨ ਫਰਕ ਫਿਰ ਕਿਉਂ ਨਹੀਂ ਸਪੀਡ ਬ੍ਰੇਕਰ ਲੱਗਦਾ? ਇਹ ਨਹੀਂ ਮਤਲਬ ਸਰ, ਮੌਕੇ ਤੇ ਡਰਾਈਵਰ ਫੜਿਆ ਗਿਆ ਜੀ, ਕਰ ਲੈਣ ਤੋਂ ਭਰਾ ਫੜਿਆ ਗਿਆ ਸਰ, ਮੌਕੇ ਤੇ ਡਰਾਈਵਰ ਫੜਿਆ ਗਿਆ ਜੀ। ਮਾੜਾ ਥੋੜਾ ਕਰੀ ਵਾਈਟ ਕਰ, ਜਿਸ ਵਿਅਕਤੀ ਨੇ ਚਾਬੀ ਦਿੱਤੀ ਬੁਲਾਣਾ ਨੇ ਕੀ ਉਹ ਉਧਰ ਹੀ ਆ ਜਾ? ਹਾਂਜੀ, ਜਾਂਚ ਕੀਤੀ ਜਾਏਗੀ, ਬਿਲਕੁਲ। ਜੋ ਉਹਨਾਂ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਚਾਬੀ ਦੇ ਕੇ ਇਹਨੂੰ ਇੱਥੋਂ ਦੜਾਤਾ ਗਿਆ ਸੀਗਾ, ਟਰੱਕ ਵਾਲੇ ਨੂੰ ਅੱਗੇ ਜਾ ਕੇ ਲੋਕਾਂ ਨੇ ਫੜਿਆ, ਇਹਦੀ ਵੀ ਜਾਂਚ ਕੀਤੀ ਜਾਏਗੀ। ਠੀਕ, ਬੰਦੀ ਕਾਰਵਾਈ ਕੀਤੀ ਜਾਏਗੀ? ਬੰਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਅਧਿਕਾਰੀ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਉੱਥੇ ਹੀ ਸਥਾਨਕ ਲੋਕਾਂ ਨੇ ਪੁਲਿਸ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਡਰਾਈਵਰ ਨੂੰ ਟਰੱਕ ਦੀ ਚਾਬੀ ਦੇ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਡਰਾਈਵਰ ਦੀ ਗ੍ਰਿਫਤਾਰੀ ਬਾਰੇ ਜਦੋਂ ਪੱਤਰਕਾਰਾਂ ਨੇ ਅਧਿਕਾਰੀ ਨੂੰ ਸਵਾਲ ਪੁੱਛੇ ਤਾਂ ਉਹਨਾਂ ਨੇ ਕੁਝ ਸਪਸ਼ਟ ਤੌਰ ਤੇ ਜਵਾਬ ਨਹੀਂ ਦਿੱਤੇ। ਕਾਰਵਾਈ ਅਤੇ ਜਾਂਚ ਦਾ ਹਵਾਲਾ ਦੇ ਕੇ ਕੈਮਰੇ ਤੋਂ ਪੱਲਾ ਛੁਡਾ ਲਿਆ। ਅਜਿਹੇ 'ਚ ਦੇਖਣਾ ਹੋਵੇਗਾ ਕਿ ਟਰੱਕ ਚਾਲਕ ਦੇ ਖਿਲਾਫ ਪੁਲਿਸ ਕੀ ਐਕਸ਼ਨ ਲੈਂਦੀ ਹੈ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।